ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਟਾਈਗਰ ਸਟਾਈਲ ਜਿਹੜਾ ਆਪਣਾ ਨਾਂ ਆ, ਅੱਜ ਟਾਈਗਰ ਹੀ ਪਾਇਆ ਵਾ। ਬੜੇ ਵੀਰਾਂ ਦੇ ਮੈਸੇਜ ਆਉਂਦੇ ਪਰਸਨਲ, ਵੀਰੇ ਯਾਰ ਟੋਪੀ ਤੋਂ ਬਗੈਰ ਇੱਕ ਵਲੌਗ ਬਣਾ। ਮੈਂ ਅੱਜ ਟੋਪੀ ਪਾਉਣੀ ਨਹੀਂ ਆ, ਜਿੰਦਾਬਾਦ ਰਹਿਣ ਬਿੱਲੋ ਯਾਰੀਆਂ ਜਿੰਨਾ ਕਰਕੇ ਕਬੂਤਰ ਚੀਨੇ ਦੋ। ਮੰਗਲਵਾਰ ਸਾਰੇ ਵੀਰਾਂ ਨੂੰ ਤਿਆਰੀ ਕਰ ਲਓ ਡਿਨਰ ਪਾਰਟੀ। ਤੁਹਾਡੀਆਂ ਸਾਰੀਆਂ ਬਲੈਸਿੰਗ ਦਾ ਸਦਕਾ 300 ਕੇਕ ਕਮਿੰਗ ਸੂਨ ਆਉਣ ਵਾਲਾ। ਪਰ ਆਪਾਂ ਇਹੋ ਕਹਿੰਦੇ ਹਾਂ ਵੀ ਸੋਮਵਾਰ ਹੀ ਹੁਣ ਥੋੜ੍ਹਾ ਸਲੋ ਚਲਾਇਓ ਜੇ ਇੰਸਟਾਗ੍ਰਾਮ। ਮਨੀ ਪ੍ਰੋਬਲਮ, ਸੰਡੇ ਕਲੋਜ਼ ਜਿਮ, ਨੋ ਹੈ ਮਨੀ, ਓਕੇ ਨਾ। ਇਸ ਕਰਕੇ ਅੱਜ ਦਾ ਵਲੌਗ ਆਪਣਾ ਬਣਾ ਰਹੇ ਹਾਂ ਬੋਡੀ ਦੇ ਵਿੱਚ ਫੋਰ ਯੂਅਰ ਇਨਫੋਰਮੇਸ਼ਨ। ਜੇ ਕੋਈ ਸਭ ਤੋਂ ਛੋਟਾ ਮਸਲ ਹੈਗਾ ਉਹ ਹੈਗਾ ਟ੍ਰਾਈਸੈਪਸ, ਚੈੱਕ ਕਰੋ ਜੀ, ਜਿਹਨੂੰ ਆਪਾਂ ਕਹਿੰਦੇ ਹਾਂ ਮੱਛੀ। ਜੇ ਕਿਤੇ ਕਿਸੇ ਵੀਰ ਕੋ ਹਾਰ ਲਏ ਹੋਵੇ ਤੇ ਰਾਜਨ ਵਰਗਾ ਬੁਲਟ ਹੋਵੇ ਤੇ ਮੇਰੇ ਵਰਗਾ ਸਪਲੈਂਡਰ ਨਾ ਹੋਵੇ ਤੇ ਸੈਂਡੋ ਪਾਈ ਹੋਵੇ ਤੇ ਐਂ ਕੀਤਾ ਹੋਵੇ ਨਾ, ਤੇ ਫਿਰ ਕਹਿੰਦੇ ਆ ਇਹ ਮੁੰਡਾ ਕਿੰਨਾ ਦਾ ਜੀ, ਇਹ ਮੁੰਡਾ ਕਿੰਨਾ ਦਾ। ਇਸ ਕਰਕੇ ਅੱਜ ਆਪਾਂ ਕਰਾਂਗੇ ਟ੍ਰਾਈਸੈਪਸ ਮਸਲ ਦੇ ਵਿੱਚ ਤੁਹਾਨੂੰ ਐਕਸਰਸਾਈਜ਼ ਦੱਸਾਂਗੇ, ਜਿਹੜਾ ਕਈ ਲੜਕਿਆਂ ਨੂੰ ਆਪਾਂ ਚੈਸਟ ਨਾਲ ਲਗਵਾਉਣੇ ਆ, ਕਈਆਂ ਨੂੰ ਬਾਈ ਨਾਲ ਲਵਾਉਣੇ ਆ, ਤੇ ਕਈਆਂ ਨੂੰ ਆਪਾਂ ਸਿੰਗਲ ਲਵਾਉਣੇ ਆ, ਤੇ ਕਈਆਂ ਦਾ ਆਪਾਂ ਟ੍ਰਾਈਸੈਪਸ ਬੰਦ ਕਰ ਦਿੰਦੇ ਆ ਜਦੋਂ ਬਾਈਸੈਪਸ ਲੌਕ ਹੋ ਜਾਂਦਾ, ਕਿਉਂਕਿ ਟ੍ਰਾਈਸੈਪਸ ਐਕਸਰਸਾਈਜ਼ ਹਰ ਇੱਕ ਵਰਕਆਊਟ ਨਾਲ ਟ੍ਰੇਡ ਹੁੰਦਾ। ਹੁਣ ਆਪਾਂ ਜਾ ਰਹੇ ਆ ਜਿਮ ਦੇ ਵਿੱਚ, ਅਗਲੇ ਬੰਨੇ ਟ੍ਰਾਈਸੈਪਸ ਦੀ ਐਕਸਰਸਾਈਜ਼ ਲਾਉਣੀ। ਹਾਂਜੀ, ਟ੍ਰਾਈਸੈਪਸ ਦੀ ਐਕਸਰਸਾਈਜ਼ ਰਹਿ ਗਈ ਆਪਣੀ, ਆਪਾਂ ਫ੍ਰੀ ਵੇਟ ਪਾਤਾ ਵਿੱਚ, ਫਿਰ ਕੁੜੀਆਂ ਦਾ ਵਲੌਗ ਆ ਗਿਆ। ਸਭ ਤੋਂ ਪਹਿਲਾਂ ਆਪਾਂ ਵਾਰਮ ਅਪ ਹੋ ਕੇ ਸਿੰਗਲ ਹੈਂਡ ਡੰਬਲ ਲਾਵਾਂਗੇ। ਐਂਗਲ ਚੈੱਕ ਕਰ ਲਓ, ਤੁਹਾਡਾ ਬਾਈਸੈਪਸ ਪੂਰਾ ਨਾਲ ਟੱਚ ਚਾਹੀਦਾ ਥੱਲੇ, ਉਸ ਤੋਂ ਬਾਅਦ ਸਟ੍ਰੈਚ ਡਾਊਨ ਅਪ। ਕਈ ਲੜਕੇ ਕੜਾ ਚਕੜਾ ਜਿੱਦਾਂ ਵਾਦਾ ਮਾਰੀ ਜਾਂਦੇ ਆ, ਪੂਰਾ ਵੇਖ ਲਓ ਟ੍ਰਾਈਸੈਪਸ ਜ਼ੋਰ ਪਾਉਂਦੇ। ਅਗਲੀ ਐਕਸਰਸਾਈਜ਼ ਡਬਲ ਹੈ ਡੰਬਲ, ਇਹ ਵੀ ਡੰਬਲ ਕਈ ਲੜਕੇ 50-50 ਕਿਲੋ ਫੜ ਕੇ ਨਾ ਤੇ ਬਹਿ ਜਾਂਦੇ ਆ। ਸਾਡੇ ਮੁੰਡਿਆਂ ਦੀ ਜਿੰਨੀ ਵਰਕਆਊਟ ਕੋਸ਼ਿਸ਼ ਕਰਦੇ ਆ ਆਪਾਂ ਖੜੇ ਹੋ ਕੇ ਲਾਉਂਦੇ ਆ, ਤਾਂ ਹੀ ਲੱਕ ਪੂਰਾ ਫਿੱਟ ਆ। ਅੱਜ ਤੱਕ ਮਹਾਰਾਜ ਦੀ ਕਿਰਪਾ ਨਾਲ ਕਿਸੇ ਨੂੰ ਬੈਕ ਦੀ ਪ੍ਰੋਬਲਮ ਨਹੀਂ ਆਈ। ਡੈਡ ਲਿਫਟ ਆਪਾਂ ਲਵਾਉਂਦੇ ਨਹੀਂ, ਉਹ ਕੋਈ ਪ੍ਰੋਫੈਸ਼ਨਲ ਹੋਵੇ ਫਿਰ, ਅਦਰਵਾਈਜ਼ ਆਪਾਂ ਲਵਾਈ ਦੇ। ਮਹਾਰਾਜ ਦੀ ਕਿਰਪਾ ਵਾ ਵੀ ਲੱਕ ਮੁੰਡਿਆਂ ਦੇ ਲੋ ਆਈ ਆ ਹੁਣ ਤੱਕ। ਰੈਪੀਟੇਸ਼ਨ ਹਰ ਐਕਸਰਸਾਈਜ਼ ਦੇ 10, 12, 15 ਸੈੱਟ, 3 ਰੈਸਟ ਆਪਣੇ ਸਟੈਮਨੇ ਦੇ ਅਕੋਰਡਿੰਗ, ਠੀਕ ਆ। ਸਭ ਤੋਂ ਛੋਟਾ ਮਸਲ ਆ ਵੈਸੇ ਆਪਣਾ ਇਹ ਮਸਲ ਰੋਟੇਟ ਹੋ ਜਾਂਦਾ, ਜਿਸ ਤਰ੍ਹਾਂ ਚੈਸਟ ਨਾਲ ਵੀ ਮਸਲ ਹੋ ਜਾਂਦਾ ਵਾ, ਸ਼ੋਲਡਰਾਂ ਲੱਗ ਜਾਂਦਾ, ਕਈ ਆ ਸਨੇਕ ਰੋਡ ਲਾਉਂਦੇ ਲੰਮੇ ਪੈ ਗਏ ਉਹਦੇ ਆ, ਉਹਦੇ ਵੰਡੇ ਆਪਾਂ ਆਹ ਵਾਲਾ ਜਿਹੜਾ ਰੂਪ ਸੈਕਸ਼ਨ ਬੈਕ ਆ ਇਹ ਲਾਈਦੇ ਆ। ਕਈ ਲੜਕੇ ਗਾਂਹ ਭੱਜ ਜਾਂਦੇ ਆ, ਇਹ ਆਪਾਂ ਬਿਲਕੁਲ ਲੱਕ ਵੇਲੋ ਪਿੱਛੇ ਲਾ ਕੇ, ਇਹ ਇੱਥੇ ਵੇਖੋ ਜ਼ੋਰ, ਵੇਖੋ ਮੱਛੀ ਪੂਰਾ ਜਿਸ ਚੀਜ਼ 'ਤੇ ਜ਼ੋਰ ਪੈਣਾ ਨਾ ਪੂਰਾ ਉੱਥੇ ਪਾ ਰਿਹਾ। 3 ਸੈੱਟ ਰੈਪੀਟੇਸ਼ਨ 12 ਤੋਂ 15 ਅਤੇ ਰੈਸਟ ਜਿਹੜੀ ਉਹ ਵੱਧ ਤੋਂ ਵੱਧ 1 ਮਿੰਟ, ਇਸ ਤੋਂ ਵੱਧ ਰੈਸਟ ਨਹੀਂ ਆ। ਫੋਨ ਵਗੈਰਾ ਯੂਜ਼ ਨਹੀਂ ਕਰਨਾ, ਪਾਣੀ ਡਿਊਰਿੰਗ ਐਕਸ ਆ ਗਈ ਕਲੋਜ਼ ਰਿਪ, ਕੋਚ ਸਾਹਿਬ ਆਪ ਹੋ ਗਏ ਮੋਹਰੇ। ਜਦੋਂ ਆਪਾਂ ਬੈਂਚ ਲਾਉਣੇ ਨਾ, ਬੈਂਚ ਪ੍ਰੈਸ 'ਤੇ ਲੰਮੇ ਪੈ ਕੇ ਆਪਾਂ ਲਾਵਾਂਗੇ 3 ਸੈੱਟ ਟ੍ਰਾਈਸੈਪਸ ਨੂੰ ਹੈਵੀ ਕਰਨ ਵਾਸਤੇ। ਟ੍ਰਾਈਸੈਪਸ ਸੋਹਣਾ ਆਏਗਾ ਅਤੇ ਫਿਰ ਹੀ ਆਪਾਂ ਨੂੰ ਸ਼ਰਟ ਜਿਹੜੀ ਟੀ ਸ਼ਰਟ ਚਾਹੀਦੀ ਆ, ਕੱਲ੍ਹ ਨੂੰ ਬਾਈਕ ਵਗੈਰਾ 'ਤੇ ਜਾਂਦੇ ਹਾਂ ਅਤੇ ਮਸਲ ਥੋੜ੍ਹਾ ਸੋਹਣਾ ਲੱਗਦਾ ਵਾ। 2 ਗਿੱਠਾਂ ਜਾਂ 1.5 ਗਿੱਠ ਆਪਾਂ ਰਾਡ ਜਿਹੜੀ ਉਹ ਕਲੋਜ਼ ਕਰਨੀ ਆ, ਅਤੇ ਦੇਖੋ ਰੋਡ ਕਿੱਥੇ ਆ ਰਹੀ ਆ ਅਤੇ ਉੱਪਰ ਕਿੱਥੇ ਜਾ ਰਹੀ ਆ। ਤੁਹਾਡੇ ਸਾਹਮਣੇ ਜਿਹੜਾ ਵੀ ਵਰਕਆਊਟ ਕਰਨ ਨਾ ਪ੍ਰੋਪਰ ਜ਼ੋਰ ਪੈਣਾ ਜੇ ਪ੍ਰੋਪਰ, ਹਾਂ ਦੇਖੋ ਪੂਰਾ ਪ੍ਰੋਪਰ, ਇਹਨੂੰ ਆਪਾਂ ਕਹਿੰਦੇ ਕਲੋਜ਼ ਗ੍ਰਿਪ ਰਾਡ। ਟ੍ਰਾਈਸੈਪਸ ਵਾਸਤੇ ਬੈਸਟ ਐਕਸ ਹੈਗੀ ਆ ਐਕਸਰਸਾਈਜ਼ਾਂ, ਵੈਸੇ ਮੈਂ ਜ਼ਿਆਦੀਆਂ ਪਾਤੀਆਂ, ਜਿਹੜੇ ਬਿਗਨਰ ਆ ਉਹ ਟ੍ਰਾਈਸੈਪਸ ਦੀਆਂ 5 ਕੁ ਐਕਸਰਸਾਈਜ਼ ਕਰਿਆ ਕਰਨ। ਆ ਗਈ ਜੇ ਮੇਨ ਪੁਸ਼ ਡਾਊਨ, ਇਹਨੂੰ ਤੁਸੀਂ ਕੀ ਕਰਨਾ, ਇਹ ਮੈਂ ਸੈੱਟ ਬਲੌਕ ਕਰਕੇ ਇਕੱਲਾ ਇਕੱਲਾ ਵੱਖਰਾ ਪਾਇਆ। ਜੇ ਕਿਸੇ ਨੇ ਵੀਰ ਨੇ ਟ੍ਰਾਈਸੈਪਸ ਡੂੰਘਾ ਕਰਨਾ ਨਾ ਆਪਣਾ,
ਤੇ ਤਿੰਨ ਸੈੱਟ ਲਾਉਣੇ ਆ ਤੇ ਪਹਿਲਾਂ ਫਰੰਟ ਕਰ ਲਓ, ਉਸ ਤੋਂ ਬਾਅਦ ਫਿਰ ਰਿਵਰਸ ਕਰ ਲਓ, ਯਾਨੀ ਕਿ 12 ਰੈਪ ਆਪਾਂ ਇੱਦਾਂ ਲਾਉਣੇ ਆ ਤੇ 12 ਮੁੜ ਕੇ ਰਿਵਰਸ ਯਾਨੀ ਕਿ ਪੁਸ਼ ਡਾਊਨ ਲਾਉਣੀ ਆ ਪੁੱਠੇ ਹੱਥ ਪਾ ਕੇ, ਜਿੱਦਾਂ ਆਪਾਂ ਬਾਈਸੈਪਸ ਦਾ ਬਾਰਬਲ ਰੋਡ ਫੜਦੇ ਹਾਂ, ਇਹ ਵੀ ਜਿਹੜੀ ਐਕਸਰਸਾਈਜ਼ ਆ 12 ਤੋਂ 15, ਆ ਵੇਖੋ ਇੱਦਾਂ, ਹਾਂ ਆ ਗਈ ਵਾਰੀ, ਇਹਨੂੰ ਕਲੋਜ਼ ਕਰ ਲੈਣਾ ਤੇ ਥੋੜ੍ਹਾ ਜਿਹਾ ਪਿੱਛੇ ਹੋਣਾ, ਮਾੜਾ ਡਾਊਨ ਹੋਣਾ, ਬਸ ਮੁੜ ਕੇ ਜਿਸ ਜਗ੍ਹਾ 'ਤੇ ਆਪਾਂ ਸਟੇਬਲ ਹੋ ਗਏ ਨਾ ਫਿਰ ਹਿੱਲਣਾ ਨਹੀਂ ਆ, ਇੱਕੇ ਜਗ੍ਹਾ 'ਤੇ ਆਪਾਂ ਰਹਿਣਾ, ਬਿਲਕੁਲ ਇੱਕੇ ਜਗ੍ਹਾ 'ਤੇ ਰੈਪੀਟੇਸ਼ਨ 12 ਤੋਂ 15 ਸੈੱਟ 3 ਪੁਸ਼ ਡਾਊਨ ਰੋਡ ਪੁਸ਼ ਡਾਊਨ ਮਾਓ ਮਾਓ ਵਿੱਚ ਵਹਿ ਕੜੀ ਹਾਸੀਆਂ ਕੱਢੀਆਂ ਚੱਲਦੀਆਂ ਰਹਿੰਦੀਆਂ, ਹਾਂ ਮਾਣੋ ਆ ਗਈ, ਮਾਣੋ ਆ ਗਈ, ਮਾਣੋ ਆ ਗਈ, ਓਏ ਹੋਏ ਹੋਏ ਹੋਏ, ਵਾਹ ਭਾੜੀਆ ਸਾਹਿਬ, 2 ਇੰਚ ਵੇਲ ਉਂਗਲ ਜਾਣ ਡਈ ਏ। ਕੇਬਲ ਕਰੋਸ ਹਰ ਜਿਮ ਵਿੱਚ ਹੈਗੀ ਆ, ਠੀਕ ਆ, ਇਹਨੂੰ ਆਪਾਂ ਕਿੱਕ ਬੈਗ ਲਾਉਣੇ, ਜਿਸ ਤਰ੍ਹਾਂ ਕਈ ਆਪਾਂ ਡੰਬਲ ਨਾਲ ਲਾ ਸਕਦੇ ਹਾਂ, ਇਹਨੂੰ ਆਪਾਂ ਮਸ਼ੀਨ ਨਾਲ ਵੀ ਲਾ ਸਕਦੇ ਹਾਂ। ਪਿਸਟਨ ਟ੍ਰਾਈਸੈਪਸ ਡਿਪਸਾਂ, ਇਹ ਵੀ ਲੜਕੇ ਬੜੇ ਗਲਤ ਲਾਉਂਦੇ ਆ, ਸ਼ੋਲਡਰ ਇੰਜਰੀ ਦੇ ਚਾਂਸ ਵੱਧ ਜਾਂਦੇ ਆ, ਥੱਲੇ ਕਿੰਨਾ ਜਾਣਾ, ਕਿੰਨਾ ਉੱਪਰ ਆਉਣਾ, ਕਿੱਦਾਂ ਲਾਉਣੇ ਆ, ਤੁਹਾਡੇ ਸਾਹਮਣੇ ਮਸਲ ਬੋਲਣ ਡਿਆ ਵਾ ਵੀ ਆਪਾਂ ਕਿੱਦਾਂ ਲਾਉਣ ਡਿਆ ਤੇ ਕਿੱਥੇ ਜ਼ੋਰ ਪਾਉਣ ਡਿਆ, ਕੈਮਰੇ ਦੇ ਵਿੱਚ ਮਸਲ ਆਉਣ ਡਿਆ ਵੀ ਪ੍ਰੋਪਰ ਜਿਹੜਾ ਵਰਕਆਊਟ ਆਪਾਂ ਤੁਹਾਨੂੰ ਕਰਵਾਇਆ, ਜਿੰਨੇ ਸ਼ਡਿਊਲ ਦਿੱਤੇ ਆ, ਜਿਹੜੇ ਵੀ ਮਸਲ ਨੂੰ ਆਪਾਂ ਰੋਟੇਟ ਕੀਤਾ ਉੱਤੇ ਪੂਰਾ ਫੋਕਸ ਕੀਤਾ ਤੇ ਉੱਤੇ ਪੂਰਾ ਜ਼ੋਰ ਪਾਇਆ, ਚੈੱਕ ਕਰੋ ਪਿਸਟਨ ਟ੍ਰਾਈਸੈਪਸ ਡਿਪਸਾਂ। ਭਾਵੇਂ ਵਾਰਮ ਅਪ ਹੋ ਗਏ ਤੇ ਪਹਿਲਾਂ 50 ਇਹੋ ਲਾ ਲਿਆ ਕਰੋ, ਫਿਰ ਸ਼ੁਰੂ ਕਰ ਲਿਆ ਕਰੋ, ਠੀਕ ਆ, ਵਿੱਚ ਵਿੱਚ ਸਟ੍ਰੈਚਿੰਗ ਕਰੀ ਜਾਣੀ ਆ ਕਿਉਂਕਿ ਜਿਹੜਾ ਮਸਲ ਆ ਪੂਰਾ ਵਾਰਮ ਅਪ ਰਵੇ ਤੇ ਕੱਲ੍ਹ ਨੂੰ ਸਾਡਾ ਮਸਲ ਲੋਕ ਨਾ ਹੋਵੇ। ਹਰ ਜਿਹੜਾ ਵੀ ਵਰਕਆਊਟ ਕਰਦੇ ਜੀ ਉਹਨੂੰ ਸਟ੍ਰੈਚ ਕਰਨਾ, ਥੋੜ੍ਹਾ ਥੋੜ੍ਹਾ ਸਟ੍ਰੈਚ ਕਰੋਗੇ ਇੱਕ ਮਸਲ ਗਰੋਥ ਵੀ ਕਰਦਾ ਵਾ ਅਤੇ ਇੰਜਰੀ ਵੀ ਜਿਹੜੀ ਆ ਜਿਹੜੇ ਆਉਣ ਦੇ ਚਾਂਸ ਉਹ ਘੱਟ ਜਾਂਦੇ ਆ। ਹੁਣ ਮਾੜਾ 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 ਮਾੜਾ, ਹਾਂ ਖੱਬੇ ਨਾਲ ਸੱਜਾ, ਸੱਜੇ ਨਾਲ ਖੱਬਾ ਸਟ੍ਰੈਚ, ਯਾਨੀ ਕਿ 1 2 3 4 5 ਇੱਕ ਬਾਣਾ, ਫਿਰ 1 2 3 4 5 ਇੱਦਾਂ ਵਿੱਚ ਵਿੱਚ ਜਿਹੜੀ ਅੱਧਾ ਮਿੰਟ ਮਿੰਟ ਇੱਕ ਸਟ੍ਰੈਚਿੰਗ ਆਪਾਂ ਟ੍ਰਾਈਸੈਪਸ ਦੀ ਕਰ ਸਕਦੇ ਹਾਂ। ਹੁਣ ਅਗਲਾ ਸੈੱਟ ਆਪਾਂ ਲਾਵਾਂਗੇ ਇਸ ਤੋਂ ਬਾਅਦ, ਹਾਂ ਸ਼ਾਬਾਸ਼, ਚਲੋ ਭਾੜੀਆ ਸਾਹਿਬ ਇੰਨਾ ਡੂੰਘਾ ਜਾਣ ਡਿਆ, ਵੇਖ ਲਓ ਮੈਂ ਕਹਿ ਰਿਹਾ ਕਿ ਟ੍ਰਾਈਸੈਪਸ ਵਿੱਚ 2 ਇੰਚ ਉਂਗਲ ਆਪਾਂ ਖਪਾ ਸਕਦੇ ਹਾਂ। ਓਏ ਹੋਏ ਹੋਏ, ਬਿਗਨਰ ਜਿਹੜੇ ਉਹ ਥੋੜ੍ਹੇ ਘੱਟ ਲਾਉਣ, ਜਦੋਂ ਪ੍ਰੋਫੈਸ਼ਨਲ ਹੋਏ ਫਿਰ ਲਾ ਸਕਦੇ ਆ। ਪੀ ਬਾਰ ਡਿਪਸਾਂ 'ਤੇ ਆਪਾਂ ਮੂੰਹ ਉੱਧਰ ਕਰਦੇ ਹਾਂ ਅਤੇ ਚੈਸਟ ਦੀ ਐਕਸਰਸਾਈਜ਼ ਲਾਈਦੀ ਆ, ਜਦੋਂ ਆਪਾਂ ਬੈਕ ਕਰ ਲੈਂਦੇ ਹਾਂ ਅਤੇ ਫਿਰ ਸਾਡੀ ਲੱਗਦੀ ਟ੍ਰਾਈਸੈਪਸ ਦੀ, ਥੱਲੇ ਘੱਟ ਅਤੇ ਉੱਪਰ ਜ਼ਿਆਦਾ, ਥੱਲੇ ਘੱਟ ਅਤੇ ਉੱਪਰ ਜ਼ਿਆਦਾ, ਪੂਰਾ ਫੋਕਸ ਆ ਡਿਪਸਾਂ ਟ੍ਰਾਈਸੈਪਸ ਦੀਆਂ। ਹੱਥ ਕਿੰਨੇ ਖੋਲ੍ਹੇ ਆ, 1 ਫੁੱਟ, ਬਾਹਾਂ ਜਿਹੜੀਆਂ ਆਪਣੀ ਬਾਈਸੈਪਸ ਟ੍ਰਾਈਸੈਪਸ ਵੀ ਸ਼ੇਪ ਦੇ ਨਾਲ ਆ, ਇਹ ਵੀ ਤੁਸੀਂ ਸਾਰੀ ਐਕਸਰਸਾਈਜ਼ ਲਾ ਕੇ ਜਾਣ ਅਤੇ ਡਾਇਟ ਚੰਗੀ ਆ, 100 150 ਲਾ ਦਿਓ ਅਤੇ ਟ੍ਰਾਈਸੈਪਸ ਆਪਣਾ ਚੈੱਕ ਕਰ ਲਿਓ। ਟ੍ਰਾਈਸੈਪਸ ਦੀਆਂ ਡਿਪਸਾਂ ਜਿਹੜੀਆਂ ਕਿ ਬਹੁਤ ਜਿੰਮਾਂ ਵਿੱਚ ਮੁੰਡਿਆਂ ਨੂੰ ਘੱਟ ਪਤਾ ਹੈਗਾ ਵਾ, ਆਪਣੇ ਆਪਾਂ 100 150 ਮੁੰਡਿਆਂ ਨੂੰ ਵੈਸੇ ਲਵਾ ਹੀ ਦਿੰਦੇ ਹਾਂ। ਆ ਵੇਖੋ ਸਟ੍ਰੈਚਿੰਗ ਮੈਂ ਪੋਜ਼ ਮਰਾਇਆ ਵੀ ਕਿੰਨੀ ਕੁ ਪੰਪਿੰਗ ਹੋਈ ਐਂਡ ਅਤੇ ਟ੍ਰਾਈਸੈਪ ਦਾ ਪੋਜ਼, ਸਾਰੀਆਂ ਤੁਹਾਨੂੰ ਐਕਸਰਸਾਈਜ਼ ਦੇ ਵਲੌਗ ਪਾ ਦਿੱਤੇ ਆ। ਅੱਜ ਮੈਂ ਨੋਟ ਕਰ ਰਿਹਾ ਹਾਂ 110 ਵੀਰਾਂ ਨੇ ਚੈਨਲ ਨੂੰ ਰਾਣਾ ਦਾ ਰੌਕ ਹੈਲਥ ਕਲੱਬ ਸਬਸਕ੍ਰਾਈਬ ਕੀਤਾ, 3 ਲੱਖ ਫੋਲੋਅਰ ਇੰਸਟਾਗ੍ਰਾਮ, 30,000 ਬੰਦਾ ਵੀ ਉਹ 'ਚ ਆ ਜਾਏ ਨਾ ਤੇ ਓਕੇ ਰਿਪੋਰਟ ਹੋ ਜਾਣੀ ਆ। ਕੋਈ ਲਾਲਚ ਨਹੀਂ ਆ, ਕੋਈ ਕੁਛ ਨਹੀਂ ਆ, ਮਨ ਦੇ ਵਿੱਚ ਇਹ ਹੁੰਦਾ ਵੀ ਜਿਹੜਾ ਵੀ ਮੈਂ ਕੰਮ ਕਰਦਾ ਨਾ ਜੇ ਉਹ ਟਾਰਗੇਟ ਬਣਾਉਣ ਮੈਂ ਸਕਸੈਸ ਕਰਦਾ ਵਾਂ। ਇਸ ਕਰਕੇ ਹੰਬਲ ਰਿਕੁਐਸਟ ਆ ਸਾਰੇ ਵੀਰਾਂ ਨੂੰ, ਸੋਸ਼ਲ ਮੀਡੀਆ ਨੂੰ, ਚੈਨਲ ਨੂੰ, ਇੰਸਟਾਗ੍ਰਾਮ ਦੇ ਬਾਇਓ 'ਚ ਜਾਓ ਤੇ ਸਾਰੇ ਜਾਣੇ ਵੀਡੀਓ ਵਾਚ ਕਰੋ ਤੇ ਇੱਕ ਮਾੜਾ ਜਿਹਾ ਐਂ ਕਰ ਦਿਆ ਕਰੋ, ਠੀਕ ਆ। ਇਹੀ ਅੱਜ ਦੀ ਐਕਸਰਸਾਈਜ਼ ਟ੍ਰਾਈਸੈਪਸ, ਨਵੇਂ ਨਵੇਂ ਵਲੌਗ ਆਉਂਦੇ ਰਹਿਣਗੇ। ਹੁਣ ਤੁਹਾਨੂੰ ਆਪਾਂ ਅਗਲਾ ਜਿਹੜਾ ਵਲੌਗ ਆ
ਕੋਠੇ ਕਬੂਤਰ ਚੀਨੇ ਦੋ ਟ੍ਰਾਈਸੈਪਸ ਅੱਜ ਹੋ ਗਿਆ। ਫਿਰ ਉਸ ਤੋਂ ਬਾਅਦ ਆਏਗਾ ਡਿਨਰ ਪਾਰਟੀ 300K ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵਾਚ ਕਰਿਆ ਕਰੋ। ਥੈਂਕ ਯੂ ਵੈਰੀ ਮੱਚ। Always do it on my own, so I gotta get through it, and the only thing I know is to love what I'm doing, never give up, never slow.